ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਰਨਾਲ ਦੇ ਨੇੜੇ ਪਿੰਡ ਤਰਾਵੜੀ ਦੇ ਰਹਿਣ ਵਾਲਾ ਇੱਕ ਸਿੱਖ ਭਾਈ ਦੇਵਾ ਰਾਮ ਮਿਲਿਆ। ਤਰਾਵੜੀ ਪਿੰਡ ਦਾ ਬੜਾ ਪਿਆਰ ਕਰਨ ਵਾਲਾ ਸੀ ਗੁਰੂ ਜੀ ਨੂੰ। ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਦੇ ਇੱਕ ਆਵਾਜ਼ ਨਿਕਲੀ, ਸਤਿਗੁਰੂ ਅੱਗੇ ਅਰਦਾਸ ਕੀਤੀ, ਗੁਰੂ ਜੀ ਕਿਰਪਾ ਕਰੋ ਕਿਤੇ ਸਾਡੇ ਘਰੇ ਵੀ ਚਰਨ ਪਾਓ, ਆਓ ਕਿਤੇ। ਅੱਗੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਮਜ ਮਾਰ ਦਿੱਤੀ, ਗਹਿਰੀ ਰਮਜ, ਬੜੀ ਗਹਿਰੀ ਸੀ। ਰਮਜ ਤਾਂ ਹੁੰਦੀ ਹੋਈ ਗਹਿਰੀ ਹੈ, ਵੈਸੇ ਫਿਰ ਇਹਨੂੰ ਰਮਜ ਕਹਿੰਦੇ ਆ। ਨੌਵੇਂ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨੀ ਦੇਵਾ ਰਾਮਾ, ਸਰੀਰ ਕਿਸੇ ਵਿਸ਼ੇਸ਼ ਹਾਲਤ ਚ ਤੁਹਾਡੇ ਘਰੇ ਜ਼ਰੂਰ ਪਹੁੰਚੇਗਾ। ਹੁਣ ਭਾਈ ਦੇਵਾ ਰਾਮ ਜੀ ਦਾ ਇਹਨਾਂ ਸ਼ਬਦਾਂ ਵੱਲ ਬਹੁਤਾ ਧਿਆਨ ਨਹੀਂ ਗਿਆ, ਉਹਨੂੰ ਤਾਂ ਚਾਹ ਚੜ ਗਿਆ, ਬਸ ਗੁਰੂ ਜੀ ਨੇ ਹੁੰਗਾਰਾ ਭਰ ਦਿੱਤਾ ਕਿ ਆਵਾਂਗੇ ਤਾਂ ਆਉਣਗੇ। ਸ਼ਬਦਾਂ ਵੱਲ ਨੀ ਬਹੁਤਾ ਡੀਪਲੀ ਨਹੀਂ ਸੋਚਿਆ, ਬਸ ਕਹਿਤਾ ਵੀ ਆਊਗਾ ਆਉਣਗੇ। ਚਾਹ ਚੜ ਗਿਆ ਗੁਰੂ ਦੇ ਘਰੇ ਆਉਣ ਦਾ। ਆਪਣੇ ਘਰੇ ਪਹੁੰਚ ਕੇ ਇੱਕ ਥੜਾ ਤਿਆਰ ਕਰਨ ਲੱਗ ਪਿਆ। ਆਂਢੀ ਗੁਆਂਢੀ ਪੁੱਛਦੇ ਆ ਕੇ, ਆ ਕੀ ਕਰੀ ਜਾਂਦੇ, ਕਾਹਦੇ ਵਾਸਤੇ? ਬੜੇ ਮਾਣ ਨਾਲ ਦੱਸਦਾ, ਕਹਿੰਦਾ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਨੇ ਸਾਡੇ ਘਰੇ ਆਉਣੇ, ਇਹ ਤਾਂ ਉਹਨਾਂ ਦੇ ਬੈਠਣ ਲਈ ਮੈਂ ਥੜਾ ਤਿਆਰ ਕਰ। ਸਾਰੇ ਪਿੰਡ ਚ ਪਤਾ ਲੱਗ ਗਿਆ, ਤਰਾਵੜੀ ਪਿੰਡ ਚ ਚਾਹ ਦੇ ਵਿੱਚ ਹੀ ਖੁਸ਼ੀ। ਇਹ ਭਾਈ ਦੇਵਾ ਰਾਮ ਪਿਆਰ ਵਾਲਾ ਸਿੱਖ ਹੈ, ਇਹਨੂੰ ਤਾਂ ਚਾਹ ਚੜ ਗਿਆ ਵੀ ਗੁਰੂ ਜੀ ਨੇ ਆਉਣਾ ਘਰੇ, ਬਸ ਥੜਾ ਤਿਆਰ ਕਰ ਲਿਆ। ਲਓ ਜੀ ਇਧਰੋਂ ਭਾਣਾ ਕੀ ਵਾਪਰਿਆ, ਕੀ ਭਾਣਾ ਵਾਪਰਦਾ? ਔਰੰਗਜ਼ੇਬ ਕਹਿੰਦਾ ਇਸਲਾਮ ਹੀ ਇਸਲਾਮ ਦਿਖੇ, ਮੈਂ ਇਸਲਾਮ ਚ ਵਾਧਾ ਕਰਨਾ। ਇਸਲਾਮ ਚ ਵਾਧਾ ਕਰਨ ਲਈ ਭਾਵੇਂ ਇਸਲਾਮ ਦੇ ਹੀ ਸਿਧਾਂਤਾਂ ਨੂੰ ਛਿੱਕੇ ਕਿਉਂ ਨਾ ਟੰਗਣਾ ਪਵੇ। ਆਖਰ 1675 ਦੀ 11 ਨਵੰਬਰ ਉਹ ਦਿਨ ਆਇਆ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਧਰਮ ਦੀ ਚਾਦਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜ ਤੋਂ ਵੱਖਰਾ ਕਰ ਦਿੱਤਾ ਗਿਆ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਤਿਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ, ਸ਼ਹੀਦੀ ਹੋ ਗਈ। ਸ਼ਹੀਦੀ ਦੀਆਂ ਖਬਰਾਂ ਹੌਲੀ 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 ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸਾਰੇ ਪਹੁੰਚ ਗਈਆਂ। ਤਰਾਵੜੀ ਚ ਗੱਲਾਂ ਚੱਲ ਪਈਆਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦੀਆਂ। ਯਾਦ ਹੈ ਪਿੰਡ ਤਰਾਵੜੀ ਕਰਨਾਲ ਦੇ ਨੇੜੇ ਦੇਵਾ ਰਾਮ ਜੀ ਦਾ ਪਿੰਡ? ਦੇਵਾ ਰਾਮ ਨੇ ਲੋਕੀ ਗੱਲਾਂ ਕਰਦੇ ਸੁਣ ਲਏ, ਕਹਿੰਦੇ ਵੀ ਉਹ ਤਾਂ ਸ਼ਹੀਦ ਹੋ ਗਏ। ਦੇਵਾ ਰਾਮ ਨੂੰ ਯਕੀਨ ਜਾ ਨਹੀਂ ਆਉਂਦਾ, ਕਹਿੰਦਾ ਗੁਰੂ ਜੀ ਨੇ ਤਾਂ ਕਿਹਾ ਆਉਣਗੇ, ਉਹ ਤਾਂ ਘਰੇ ਆਪਣੇ, ਯਕੀਨ ਨਹੀਂ ਆਇਆ। ਪਰ ਦੂਜੇ ਪਾਸੇ ਕਿਤੇ ਹੋਰ ਗਿਆ, ਉੱਥੇ ਵੀ ਗੱਲਾਂ ਇਹੀ ਚੱਲਣ, ਕਹਿੰਦੇ ਇੰਨੀਆਂ ਕਿਉਂ ਗੱਲਾਂ ਚੱਲੀ, ਅਫਵਾਹ ਹੋ ਗਈ। ਉਹਨਾਂ ਸਮਿਆਂ ਦੇ ਵਿੱਚ ਪਿੰਡ ਦੇ ਵਿੱਚ ਨਾ ਕੁਝ ਪਤਵੰਤੇ ਸੱਜਣ ਹੁੰਦੇ ਜ਼ਿੰਮੇਵਾਰ, ਵੀ ਚੱਲ ਉਹਨਾਂ ਕੋਲੇ ਪੱਕੀ ਖਬਰ ਹੁੰਦੀ ਸੀ। ਇਹ ਮਨ ਚ ਭਰੋਸਾ ਤਾਂ ਹੈਗਾ ਇਹਦੇ ਵੀ ਸ਼ਹੀਦੀ ਹੋਈ ਨਹੀਂ ਹੋਣੀ, ਪਰ ਕਿਹਨਾਂ ਪੱਕੀ ਤਸੱਲੀ ਵੀ ਕਰੀ ਲਵਾਂ। ਜ਼ਿੰਮੇਵਾਰ ਪਤਵੰਤਿਆਂ ਨੂੰ ਜਾ ਕੇ ਕਹਿੰਦਾ ਵੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀਆਂ ਬੜੀਆਂ ਅਫਵਾਹਾਂ ਉੱਡ ਰਹੀਆਂ ਨੇ, ਅਫਵਾਹਾਂ। ਉਹ ਪਤਵੰਤੇ ਸੱਜਣ ਕਹਿੰਦੇ ਅਫਵਾਹਾਂ ਨਹੀਂ, ਗੱਲ ਸੱਚੀ ਹੈ। ਪੱਕਾ ਪਤਾ ਲੱਗ ਗਿਆ ਦੇਵਾ ਰਾਮ ਨੂੰ ਕਿ ਸ਼ਹੀਦੀ ਹੋ ਗਈ। ਮੁੜਿਆ ਆਉਂਦਾ ਵਾਪਸ, ਅੰਦਰ ਹੀ ਇੱਕ ਲੜਾਈ ਚੱਲ ਪਈ ਭਾਈ ਦੇਵਾ ਰਾਮ ਦੇ ਦਿਲ ਤੇ ਦਿਮਾਗ ਦੀ। ਦਿਮਾਗ ਕਹਿੰਦਾ ਹੁਣ ਤਾਂ ਨਹੀਂ ਆਉਂਦੇ ਗੁਰੂ ਜੀ ਆਪਣੇ ਘਰੇ, ਦਿਮਾਗ ਤਾਂ ਹੁਣ ਆਪਣਾ ਵੀ ਇਹੀ ਕਹਿ ਰਿਹਾ ਸ਼ਹੀਦੀ ਤੋਂ ਬਾਅਦ ਕਿਵੇਂ ਆਉਣਗੇ। ਦਿਲ ਕਹਿੰਦਾ ਵੀ ਆਉਣਗੇ, ਦਿਮਾਗ ਕਹਿੰਦਾ ਆਉਣਗੇ ਕਿਵੇਂ, ਦਿਲ ਕਹਿੰਦਾ ਜਿਵੇਂ ਮਰਜ਼ੀ ਆਉਣ, ਸੂਰ ਬੀਰ ਬਚਨ ਕੇ ਬਲੀ ਜ਼ਰੂਰ ਆਉਣ। ਲੰਮੀ ਕਸਮ ਕਸ ਚੱਲੀ ਅੰਦਰੀ, ਆਖਰ ਦਿਲ ਦੀਆਂ ਭਾਵਨਾਵਾਂ ਨੇ ਦਿਮਾਗ ਨੂੰ ਚੁੱਪ ਕਰਾਤਾ,
ਦਿਲ ਦਿਮਾਗ ਨੂੰ ਕਹਿੰਦਾ ਤੂੰ ਚੁੱਪ ਕਰ, ਇਹ ਅਗਮ ਗੋਚਰ ਦੀ ਖੇਡ ਹੈ, ਤੇਰੇ ਬੁੱਧੀ ਮੰਡਲ ਤੋਂ ਪਰੇ ਨੇ ਗੱਲਾਂ। ਉਹਨਾਂ ਨੇ ਕਿਹਾ ਆਉਣਗੇ ਤਾਂ ਆਉਣਗੇ, ਭਾਈ ਦੇਵਾ ਰਾਮ ਨੇ ਵਿਸ਼ਵਾਸ ਕਰ ਲਿਆ ਕਹਿੰਦਾ ਆਉਣਗੇ। ਇਹ ਗੱਲ ਮੈਂ ਤਾਂ ਜੀਭ ਨਾਲ ਕਹਿਤੀ ਬੋਲ ਕੇ, ਪਰ ਇੰਨਾ ਸੌਖਾ ਕੰਮ ਹੈ ਨੀ। ਤੁਸੀਂ ਵੇਖੋ ਤਾਂ ਸਹੀ ਗੁਰੂ ਨਾਲ ਕਿੰਨਾ ਪਿਆਰ ਆਉਣਾ, ਕਿੱਡਾ ਭਰੋਸਾ ਹੈ। ਥੋੜਾ ਸੋਚੋ ਵੀ ਸ਼ਹੀਦੀ ਤੋਂ ਬਾਅਦ ਕਹਿੰਦਾ ਹੁਣ ਉਡੀਕ ਕੀ ਜਾਂਦਾ ਹੈ, ਤੇ ਪਿੰਡ ਦੇ ਵਿੱਚ ਜਿੰਨੇ ਮੂੰਹ ਉਨੀ ਗੱਲਾਂ ਚੱਲ ਪਈ, ਚੱਲਣੀ ਸੀ। ਤੁਹਾਨੂੰ ਪਤਾ ਪਿੰਡ ਚ ਖੁੰਡ ਪਾਰਟੀ ਵੀ ਹੁੰਦੀ ਹੈ, ਖੁੰਡ ਪਾਰਟੀ ਦੀਆਂ ਆਪਦੀਆਂ ਗੱਲਾਂ। ਇੱਕ ਕਹਿੰਦਾ ਬਈ ਦੇਵਾ ਰਾਮ ਦਾ ਦਿਮਾਗ ਹੱਲ ਗਿਆ ਬਈ ਆਪਦੀ, ਦੂਜਾ ਦਿਮਾਗ ਹੱਲਿਆ ਤੈਨੂੰ ਬੜਾ ਪਤਾ ਪਖੰਡ ਕਰਦਾ। ਖੁੰਡਾਂ ਵਾਲੇ ਨਾ ਆਪੇ ਜ਼ਿੰਮੇਵਾਰ ਬਣੇ, ਆਪੂ ਬਣੇ ਜ਼ਿੰਮੇਵਾਰ ਹੁੰਦੇ ਇਹ ਪਿੰਡ ਦੇ ਕਈ। ਹਾਂਜੀ, ਤੀਜਾ ਪਤਾ ਕੋਈ ਆਪਾਂ ਮੇਰੇ ਬਣਾਏ ਨੀ ਕਹਿੰਦੇ ਜ਼ਿੰਮੇਵਾਰ, ਆਪਾਂ ਮੇਰੇ ਕਹਿੰਦਾ ਜ਼ਿੰਮੇਵਾਰ ਬੰਦੇ ਆ ਪਿੰਡ ਦੇ ਯਾਰ, ਆਪਾਂ ਜਾ ਕੇ ਅਕਲ ਦੇ ਉਹਨੇ ਗੱਲ ਸਮਝਾਇਆ ਉਹਨੇ ਇਹਨੂੰ ਊਈ ਜ਼ਿੰਮੇਵਾਰੀ। ਖੁੰਡ ਪਾਰਟੀ ਇਹ ਕਹਿੰਦੇ ਚਲੋ ਜੀ ਭਕਾਈ ਮਾਰ ਜਾ ਆ ਕੇ ਦੇਵਾ ਰਾਮ ਨੂੰ, ਕੋਈ ਕਹਿੰਦਾ ਢਾ ਦੇ ਥੜਾ ਹੁਣ ਨੀ ਆਉਂਦੇ, ਕੋਈ ਕਹਿੰਦਾ ਆਪੀ ਬਹਿ ਜਾ ਹੁਣ ਤਾਂ ਦੇਵਾ ਰਾਮ ਚੁੱਪ ਕਰਿਆ ਤੁਸੀਂ ਜਾਓ ਕਹਿੰਦਾ ਕੰਮ ਕਰੋ ਆਪਦਾ। ਭਾਈ ਦੇਵਾ ਰਾਮ ਚੁੱਪ ਕਰਿਆ ਤੇ ਨਿੱਤ ਉਡੀਕਦਾ ਗੁਰੂ ਨੂੰ, ਦੇਖ ਲਓ ਪਿਆਰ ਆ ਇਹਨੂੰ ਤਾਂ ਪੂਰਾ, ਨਿੱਤ ਉਡੀਕਦਾ। ਤੇ ਗੁਰੂ ਜੀ ਦੇ ਧੜ ਦੀ ਸੇਵਾ ਕਿਹਨੇ ਕੀਤੀ ਜੀ, ਨੌਵੇਂ ਪਾਤਸ਼ਾਹ ਦੇ ਧੜ ਦੀ ਸੇਵਾ, ਲੱਖੀ ਸਾਹਿਬ ਬਣਜਾਰਾ। ਇਹ ਕੌਣ ਹੈ? ਭਾਈ ਮਨੀ ਸਿੰਘ ਦਾ ਸਹੁਰਾ, ਇਹਨਾਂ ਨੇ ਬੰਦ ਬੰਦ ਪਟਾਇਆ। ਤੇ ਸੀਸ ਨੂੰ ਕਿਹਨੇ ਉਠਾਇਆ ਜੀ, ਹੁਣ ਬੋਲੋ ਭੈਣਾਂ ਮਾਵਾਂ ਦੱਸੋ, ਭਾਈ ਜੈਤਾ ਜੀ। ਇਹ ਭਾਈ ਜੈਤਾ ਉਸੇ ਸਦਾਨੰਦ ਦਾ ਪੁੱਤ ਹੈ ਜਿਹੜਾ ਸਦਾਨੰਦ ਗੁਰੂ ਤੇਗ ਬਹਾਦਰ ਮਹਾਰਾਜ ਦਾ ਬੜਾ ਨੇੜਲਾ ਗੁਰਸਿੱਖ ਹੈ। ਹੁਣ ਭਾਈ ਜੈਤਾ ਜੀ ਨੇ ਸੀਸ ਨੂੰ ਟੋਕਰੀ ਚ ਪਾਇਆ, ਕੱਪੜਿਆਂ ਚ ਲਪੇਟ ਕੇ ਟੋਕਰੀ ਚ ਪਾ ਲਿਆ, ਬਹੁਤੀ ਟੋਕਰੀ ਏਦਾਂ ਦੀ ਕਿਸੇ ਵਿੱਚ ਪਾ ਕੇ ਸੀਨੇ ਨਾਲ ਲਾਇਆ ਤੇ ਤੇਜ਼ੀ ਨਾਲ ਤੁਰ ਪਿਆ, ਤੁਰ ਪਿਆ ਤੇਜ਼ੀ ਨਾਲ। ਉਧਰੋਂ ਦੇਵਾ ਰਾਮ ਉਡੀਕਦਾ ਗੁਰੂ ਜੀ ਨੇ ਆਉਣਾ ਹੈ। ਇਤਿਹਾਸ ਪੜਿਓ, ਭਾਈ ਜੈਤਾ ਜੀ ਨੇ ਆਪਣਾ ਪਹਿਲਾ ਪੜਾਅ ਤਰਾਵੜੀ ਪਿੰਡ ਚ ਕੀਤਾ, ਦੇਵਾ ਰਾਮ ਦੇ ਘਰੇ ਸੀਸ ਵਾਲੀ ਟੋਕਰੀ ਲੈ ਕੇ ਆ ਗਿਆ, ਲਿਆ ਕੇ ਟੋਕਰੀ ਕੁਦਰਤੀ ਉਸੇ ਥੜੇ ਤੇ ਰੱਖਤੀ ਜਿਹੜਾ ਥੜਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਬੈਠਣ ਲਈ ਬਣਾਇਆ। ਦੇਵਾ ਰਾਮ ਦੇ ਮਨ ਚ ਫੇਰ ਆ ਗਿਆ ਖਿਆਲ ਵੀ ਸਿੱਖ ਆਇਆ ਇਹਨੂੰ ਪੁੱਛਣਾ, ਉਹਨੂੰ ਤਾਂ ਐਂ ਵੀ ਕਿਵੇਂ ਨਾ ਕਿਵੇਂ ਆਉਣ ਗੁਰੂ ਜੀ ਆਪਣੇ ਘਰੇ, ਇਹਨੂੰ ਪੁੱਛਾਂ ਵੀ ਕਿਤੇ ਪਤਵੰਤ ਤੇ ਜ਼ਿੰਮੇਵਾਰ ਵੀ ਭੁਲੇਖੇ ਨਾ ਖਾ ਗਏ ਹੋਣ ਕਿਤੇ। ਮਨ ਚ ਫਿਰ ਫੁਰਨਾ ਮਰ ਗਿਆ, ਕਹਿੰਦਾ ਮੈਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬਾਰੇ ਸੁਣਿਆ। ਜੈਤਾ ਜੀ ਨੇ ਵੀ ਕਹਿਤਾ ਕਹਿੰਦੇ ਭਾਣਾ ਤਾਂ ਵਰਤ ਚੁੱਕਿਆ, ਲੈ ਹੁਣ ਤਾਂ ਪੱਕਾ ਹੀ ਪਤਾ ਲੱਗ ਗਿਆ, ਹੁਣ ਤਾਂ ਕੋਈ ਕੋਈ ਚਾਂਸ ਹੀ ਨਹੀਂ ਵੀ ਸ਼ਹੀਦ ਨਾ ਹੋਏ ਹੋਣ, ਸਿੱਖ ਨੇ ਵੀ ਕਹਿਤਾ। ਦੇਵਾ ਰਾਮ ਇੱਕ ਬੇਨਤੀ ਕਰਦਾ ਭਾਈ ਜੈਤਾ ਜੀ ਨੂੰ, ਕਹਿੰਦਾ ਸਿੱਖਾ ਆ ਟੋਕਰੀ ਥੜੇ ਤੋਂ ਚੁੱਕ ਲੈ। ਜੈਤਾ ਜੀ ਹੈਰਾਨ, ਟੋਕਰੀ ਕਿਉਂ ਚੁੱਕ ਲੈਂਦੇ? ਕਹਿੰਦਾ ਤੂੰ ਕਿਤੇ ਭੁਲੇਖਾ ਨਾ ਖਾ ਜੀ। ਦੇਵਾ ਰਾਮ ਕਹਿੰਦਾ ਮੈਨੂੰ ਤੇਰੇ ਬਚਨਾਂ ਤੇ ਪੂਰਾ ਭਰੋਸਾ, ਤੂੰ ਸੱਚ ਕਹਿੰਦਾ, ਮੈਂ ਤਾਂ ਪਹਿਲਾਂ ਵੀ ਪਤਾ ਕਰ ਲਿਆ ਸ਼ਹੀਦੀ ਬਾਰੇ, ਪਰ ਸੱਜਣਾ ਮੇਰਾ ਵਿਸ਼ਵਾਸ ਹੈ ਇਹ ਮੇਰੇ ਗੁਰੂ ਨੇ ਕਿਹਾ ਆਵਾਂਗੇ ਤੇ ਆਉਣਗੇ, ਇਹ ਥੜਾ ਤਾਂ ਉਹਨਾਂ ਦੇ ਬੈਠਣ ਲਈ ਬਣਾਇਆ ਹੋਇਆ, ਇਹ ਤੇ ਨਹੀਂ ਮੈਂ ਅੱਜ ਤੱਕ ਕੁਛ ਵੀ ਰੱਖਿਆ ਚੱਕ ਟੋਕਰੀ। ਅਸਲ ਚ ਇਹ ਗੱਲ ਹੈ ਕਿ ਦੇਵਾ ਰਾਮ ਨੇ ਜੈਤਾ ਜੀ ਨੂੰ ਟੋਕਰੀ ਚੱਕਣ ਜੋਗੇ ਨਹੀਂ ਛੱਡਿਆ, ਜੈਤਾ ਜੀ ਤਾਂ ਆਪ ਪਾ ਕੇ ਲਿਆ ਸੀ। ਦੇਵਾ ਰਾਮ ਹੈਰਾਨ ਹੋਈ ਵੀ ਚੱਕਦੇ ਕਿਉਂ ਨੀ, ਟੋਕਰੀ ਕਿਉਂ ਚੱਕਦਾ, ਗੁਰੂ ਦੇ ਨਾਂ ਤੇ ਤਾਂ ਚੱਕ ਹੀ ਲੈਂਦਾ, ਕੀ ਹੈ ਟੋਕਰੀ ਚ ਹੋ ਜਾ। ਜੈਤਾ ਜੀ ਕਹਿੰਦੇ ਧੀਰਜ ਰੱਖ, ਤੈਨੂੰ ਦੱਸਦਾ ਰੌਲਾ ਨਾ ਕਿਤੇ ਪਾ ਦੇ, ਸੂਏ ਫਿਰਦੇ ਆ ਮੇਰੀ ਸੇਵਾ ਕਿਤੇ ਅਧੂਰੀ ਰਹਿ ਗਈ, ਜਜ਼ਬਾਤੀ ਹੋ ਜਾਈ। ਦੇਵਾ ਰਾਮ ਦੇ ਗੱਲ ਕੋਈ ਸਮਝ ਚ ਨਹੀਂ ਆਉਂਦੀ, ਗੱਲਾਂ ਕਿਉਂ ਨਹੀਂ ਕਰਦਾ, ਟੋਕਰੀ ਚ ਇਹੋ ਜਿਹਾ ਕੀ ਹੈ ਰੌਲਾ ਪਾਉਣ ਨੂੰ। ਵਾਰ ਵਾਰ ਸੁਚੇਤ ਕਰਕੇ ਭਾਈ ਜੈਤਾ ਜੀ ਨੇ ਟੋਕਰੀ ਦਾ ਉੱਪਰਲਾ ਕੱਪੜਾ ਉਤਾਰਤਾ, ਅਗਲੇ ਕੱਪੜੇ ਦੇ ਕੁਝ ਕੁ ਤੁਪਕੇ ਪੰਜ ਸੱਤ ਤੁਪਕੇ ਖੂਨ ਦੇ ਲੱਗੇ। ਦੇਵਾ ਰਾਮ ਹੈਰਾਨ ਹੀ ਹੋ ਗਿਆ, ਯਕਦਮ ਸੋਚੀ ਨਹੀਂ ਸੀਗਾ ਇਹੋ ਜਿਹਾ ਕੁਛ ਹੋਊਗਾ।
ਜਦੋਂ ਦੋ ਚਾਰ ਤੁਪਕੇ ਖੂਨ ਦੀ ਪੰਜ ਸੱਤ ਲੱਗੇ ਜੀ ਨੇ ਥੋੜੇ ਜਿਹੇ ਤੁਪਕੇ, ਇਹ ਕੱਪੜਾ ਉਤਾਰਿਆ, ਅਗਲਾ ਕੱਪੜਾ ਤਾਂ ਬੁਰੀ ਤਰ੍ਹਾਂ ਲਿਬੜਿਆ ਪਿਆ ਖੂਨ ਨਾਲ, ਖੂਨ ਨਾਲ ਲਿਬੜਿਆ ਕੱਪੜਾ ਜਦੋਂ ਉਤਾਰਿਆ, ਸਾਹਮਣੇ ਨੌਵੇਂ ਪਾਤਸ਼ਾਹ ਦੇ ਸੀਸ ਦੇ ਦੀਦਾਰੇ ਹੋ ਗਏ, ਬਿਨਾਂ ਧੜ ਤੋਂ ਉਸੇ ਥੜੇ ਤੇ ਜਿਹੜਾ ਥੜਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਬੈਠਣ ਲਈ ਬਣਾਇਆ, ਰੁਕਿਆ ਨਹੀਂ ਗਿਆ ਦੇਵਾ ਰਾਮ ਤੋਂ ਮਨੋ ਛਾਲਾ ਖਾ ਗਿਆ। ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਹੈ ਤੂੰ ਐਡਾ ਸਮਰੱਥ, ਆਪਣੇ ਸਿੱਖ ਦੀ ਅਰਦਾਸ ਨੂੰ ਪੂਰੀ ਕਰਨ ਵਾਸਤੇ ਆਪਣੇ ਸਰੀਰ ਦੇ ਟੁਕੜੇ ਕਰਵਾ ਕੇ ਵੀ ਸਿੱਖ ਦੇ ਘਰੇ ਆ ਜਾਂਦੇ, ਇੰਨਾ ਪਿਆਰ ਕਰਦੇ ਤੂੰ ਮੈਨੂੰ। ਉਹ ਹੈ ਆਪਣਾ ਗੁਰੂ, ਸਰੀਰ ਦੇ ਟੁਕੜੇ ਕਰਵਾ ਕੇ ਵੀ ਆ ਜਾਂਦਾ ਸਿੱਖ ਦੇ ਘਰੇ। ਅੱਜ ਤੋਂ ਬਾਅਦ ਭੁੱਲ ਕੇ ਵੀ ਨਾ ਕਿਹੋ ਕਿ ਮੇਰੀ ਅਰਦਾਸ ਨਹੀਂ ਪੂਰੀ ਹੋਈ, ਇਹ ਕਿਹਾ ਕਰੀਏ ਮੈਥੋਂ ਹੀ ਨਹੀਂ ਅਰਦਾਸ ਪੂਰੀ ਹੋਈ। ਉਹ ਦਿਲ ਦੀ ਸੁਣਦਾ, ਮਨ ਦੀ, ਇਹ ਬੇਈਮਾਨ ਮਨ ਹਾਜ਼ਰੀ ਨਹੀਂ ਹੁੰਦਾ ਅਰਦਾਸ ਦਾ। ਅੱਜ ਦੇਵਾ ਰਾਮ ਦੇ ਉਹ ਗੱਲ ਵੀ ਆ ਰਹੀ ਹੈ। ਜੈਤਾ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ, ਤੂੰ ਜਜ਼ਬਾਤੀ ਨਾ ਹੋ, ਕੋਈ ਗੱਲ ਨਹੀਂ, ਇਹ ਤਾਂ ਭਾਣੇ ਦੇ ਮਾਲਕ ਹੈ, ਬਸ ਚੁੱਪ ਕਰ ਸੂਈਏ ਫਿਰਦੇ। ਅੱਜ ਦੇਵਾ ਰਾਮ ਦੀ ਗੱਲ ਖਾਨੇ ਚ ਆ ਰਹੀ ਹੈ, ਅਕਲ ਚ ਆ ਰਹੀ ਹੈ। ਉਹ ਉਸ ਦਿਨ ਅੱਜ ਸ਼ਬਦਾਂ ਵੱਲ ਧਿਆਨ ਚਲਾ ਗਿਆ, ਗਹਿਰਾ ਬੜੇ ਗਹਿਰੇ ਅਰਥ ਸੀ। ਗੁਰੂ ਜੀ ਨੇ ਇਹੀ ਕਿਹਾ ਸੀ ਕਿ ਸਰੀਰ ਕਿਸੇ ਵਿਸ਼ੇਸ਼ ਹਾਲਤ ਚ ਤੁਹਾਡੇ ਘਰੇ ਪਹੁੰਚੇਗਾ। ਸਰੀਰ ਦੇਖ ਲਓ ਪਹੁੰਚ ਗਿਆ,